Hello friends, welcome to the official channel of Gaurav Anmol Music. हारमोनियम के सभी प्रकार के ट्यूटोरियल, प्रत्येक गाने के ट्यूटोरियल आप इस चैनल से प्राप्त कर सकते हैं. चैनल को अभी सब्सक्राइब करें, सब्सक्राइब बटन दबाकर, और बेल आइकन को प्रेस करना ना भूलें ताकि जो नोटिफिकेशन है आपके पास सबसे पहले पहुंच जाएं. नोटिफिकेशन के लिए आप बेल आइकन को प्रेस कर दें. थैंक यू सो मच. सो जी, सारे सब्सक्राइबर्स नूं गौरव अनमोल वालों प्यार भरी सत श्री अकाल है जी. अज असी ट्यूटोरियल जिहड़ा पा रहे हाँ वह है जी विक्की बादशाह जी का गाया होया बहुत ही प्यारा गीत, किसी की गरीबी का मजाक नहीं उड़ाईदा. बहुत अच्छी कंपोजिशन है. सो दा ट्यूटोरियल पा रहे हैं अज. जिहड़े व्यूअर्स देख रहे जिन्होंने चैनल नूं सबसक्राइब नहीं किया जी, सब तो पहला चैनल नूं सबसक्राइब कर लो, उस तो बाद बैल आइकन नूं प्रेस करना ना भुल्लो नोटिफिकेशन लई, ताकि जदों भी असीं अपडेट करते हैं तुहानूं नाल दे नाल ही नोटिफिकेशन मिलते रहन. और तुसी प्ले करके उन्हों गाओ ते प्ले करके उन्हों सुना सको. सो आज दा ट्यूटोरियल आपा विक्की बादशाह जी दा किसे दी गरीबी दा मजाक नहीं उड़ाई दा. अगर तुहानूं वीडियो से कुछ अच्छा सीखने को मिले, वीडियो नूं लाइक जरूर करना, कमेंट बॉक्स में कमेंट करके सानूं जरूर दसना, और अपने फ्रेंड्स नाल जरूर शेयर करना जी. तो स्टार्ट कर दें जी आप अपना अज दा ट्यूटोरियल, किसे दी गरीबी दा मजाक नहीं उड़ाई दा. राग है जी इहदा दरबारी, स्केल है जी 5.5, जिन्हें आप कहने बी बी माइनर कोड है. पहला स्थाई, उस तो बाद अंतरा. सो आप स्टार्ट कर दें जी स्थाई तो, स्थाई की फर्स्ट लाइन, उस तो बाद अपन नेक्स्ट स्टेप बाय स्टेप चलांगे. सो स्टार्ट कर दें जी. ਇਹਨਾਂ ਨੂੰ ਕਰਦੇ ਹਾਂ ਆਪਾਂ. ਕਿਸੇ ਦੀ ਗਰੀਬੀ ਦਾ, ਕਿਸੇ ਦੀ ਗਰੀਬੀ ਦਾ, ਵਨ ਫਿੰਗਰ ਨਾਲ, ਕਿਸੇ ਦੀ ਗਰੀਬੀ ਦਾ. ਦੁਬਾਰਾ ਦੇਖੋ, ਕਿਸੇ ਦੀ ਗਰੀਬੀ ਦਾ. ਨੈਕਸਟ ਲਾਈਨ, ਮਜ਼ਾਕ ਨਹੀਂ ਉਡਾਈਦਾ, ਮਜ਼ਾਕ ਨਹੀਂ ਉਡਾਈਦਾ. ਪੂਰੀ ਲਾਈਨ, ਕਿਸੇ ਦੀ ਗਰੀਬੀ ਦਾ, ਮਜ਼ਾਕ ਨਹੀਂ ਉਡਾਈਦਾ. ਵਨ ਫਿੰਗਰ ਨਾਲ, ਕਿਸੇ ਦੀ ਗਰੀਬੀ ਦਾ, ਮਜ਼ਾਕ ਨਹੀਂ ਉਡਾਈਦਾ. ਨੈਕਸਟ ਲਾਈਨ, ਦੁਬਾਰਾ ਦੇਖੋ, ਤੂੰ ਕੀ ਜਾਣੇ ਪੇਤ ਮੇਰੇ. ਨੈਕਸਟ ਲਾਈਨ, ਦੁਬਾਰਾ ਦੇਖੋ, ਸ਼ਾਹ ਦੀ ਖੁਦਾਈ ਦਾ. ਪੂਰੀ ਲਾਈਨ, ਤੂੰ ਕੀ ਜਾਣੇ ਭੇਤ ਮੇਰੇ, ਸ਼ਾਹ ਦੀ ਖੁਦਾਈ ਦਾ. ਵਨ ਫਿੰਗਰ ਨਾਲ, ਤੂੰ ਕੀ ਜਾਣੇ ਭੇਤ ਮੇਰੇ, ਸ਼ਾਹ ਦੀ ਖੁਦਾਈ ਦਾ. ਨੈਕਸਟ ਲਾਈਨ, ਸੇਮ ਦੁਬਾਰਾ ਰਿਪੀਟ, ਕਿਸੇ ਦੀ ਗਰੀਬੀ ਦਾ, ਮਜ਼ਾਕ ਨਹੀਂ ਉਡਾਈਦਾ. ਕਿਸੇ ਦੀ ਗਰੀਬੀ ਦਾ, ਮਜ਼ਾਕ ਨਹੀਂ ਉਡਾਈਦਾ. ਵਨ ਫਿੰਗਰ ਨਾਲ, ਕਿਸੇ ਦੀ ਗਰੀਬੀ ਦਾ, ਮਜ਼ਾਕ ਨਹੀਂ ਉਡਾਈਦਾ. ਦੁਬਾਰਾ ਦੇਖੋ, ਕਿਸੇ ਦੀ ਗਰੀਬੀ ਦਾ, ਮਜ਼ਾਕ ਨਹੀਂ
ਸੋ ਇੱਥੇ ਜਿਹੜਾ ਇਹਦਾ ਸਥਾਈ ਹੈ ਮੁਖੜਾ ਇਹਦਾ ਖਤਮ ਹੋ ਗਿਆ। ਨੈਕਸਟ ਆਪਾਂ ਆਉਂਦੇ ਹਾਂ ਜੀ ਅੰਤਰੇ ਦੇ, ਦੋ ਤਿੰਨ ਅੰਤਰੇ ਇਹਦੇ, ਸਾਰਿਆਂ ਦੀ ਕੰਪੋਜੀਸ਼ਨ ਬਿਲਕੁਲ ਸੇਮ ਹੀ ਹੈ। ਸੋ ਫਸਟ ਅੰਤਰਾ ਦੱਸ ਦਿਆਂਗਾ ਤੁਹਾਨੂੰ ਕਿੱਦਾਂ ਪਲੇ ਹੋਣਾ, ਉਹਦੀ ਅੱਛੀ ਤਰ੍ਹਾਂ ਪ੍ਰੈਕਟਿਸ ਕਰੋਗੇ, ਨੈਕਸਟ ਅੰਤਰਾ ਈਜ਼ੀਲੀ ਪਲੇ ਕਰ ਲਓਗੇ, ਕਿਉਂਕਿ ਫਸਟ ਅੰਤਰਾ ਬੇਸ ਅੰਤਰਾ ਹੁੰਦਾ। ਤੁਹਾਨੂੰ ਦੱਸਿਆ ਜਿੱਦਾਂ ਕਿ ਮੈਂ ਪਹਿਲਾਂ ਵੀ 90% ਸੌਂਗਸ ਇੱਦਾਂ ਦੇ ਨੇ ਜਿਨ੍ਹਾਂ ਦੇ ਨੈਕਸਟ ਅੰਤਰੇ ਬਿਲਕੁਲ ਸੇਮ ਹੀ ਹੁੰਦੇ ਆ, ਸਿਰਫ ਤੁਹਾਨੂੰ ਫਸਟ ਅੰਤਰਾ ਜਿਹੜਾ ਹੈ ਉਹ ਅੱਛੀ ਤਰ੍ਹਾਂ ਪ੍ਰਿਪੇਅਰ ਕਰਨਾ ਤਾਂ ਕਿ ਨੈਕਸਟ ਅੰਤਰੇ ਤੁਸੀਂ ਈਜ਼ੀਲੀ ਪਲੇ ਕਰ ਲਓ। ਸੋ ਇਸ ਗੱਲ ਨੂੰ ਤੁਸੀਂ ਧਿਆਨ ਰੱਖਣਾ, ਕਿਉਂਕਿ ਬਹੁਤ ਸਾਰੇ ਜਿਹੜੇ ਸਿੰਗਰਸ ਨੇ ਜਾਂ ਬਹੁਤ ਸਾਰੇ ਹਾਰਮੋਨੀਅਮ ਪਲੇਅਰ ਨੇ ਜਾਂ ਜਿਹੜੇ ਬਿਗਨਰਸ ਨੇ ਉਹਨਾਂ ਨੂੰ ਇਸ ਭੁਲੇਖੇ 'ਚ ਰੱਖਿਆ ਜਾਂਦਾ ਕਿ ਹਾਂ ਵੀ ਨੈਕਸਟ ਅੰਤਰਾ ਤੁਹਾਨੂੰ ਅਸੀਂ ਦੱਸਾਂਗੇ, ਲਿਖ ਕੇ ਦਿਆਂਗੇ, ਨੋਟੇਸ਼ਨ ਲਿਖ ਕੇ ਦਿਆਂਗੇ। ਸੋ ਜਿਹੜਾ ਪਿਛਲੀ ਨੋਟੇਸ਼ਨ ਹੈ ਉਹਨੂੰ ਹੀ ਅੱਛੀ ਤਰ੍ਹਾਂ ਉਹਦੀ ਪ੍ਰੈਕਟਿਸ ਕਰ ਲਓਗੇ, ਨੈਕਸਟ ਅੰਤਰਾ ਜਿਹੜਾ ਤੁਸੀਂ ਈਜ਼ੀਲੀ ਪਲੇ ਕਰ ਲਓਗੇ। ਸੋ ਇਸੇ ਕਰਕੇ ਤੁਹਾਨੂੰ ਮੈਂ ਦੱਸ ਰਿਹਾ ਵਾਂ 90% ਸੌਂਗਸ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਅੰਤਰੇ ਬਿਲਕੁਲ ਸੇਮ ਹੁੰਦੇ ਆ, 10% ਸੌਂਗਸ ਇੱਦਾਂ ਦੇ ਨੇ ਜਿਨ੍ਹਾਂ ਦੇ ਅੰਤਰੇ ਬਿਲਕੁਲ ਅਲੱਗ ਹੁੰਦੇ ਆ। ਉਹ ਤੁਹਾਨੂੰ ਜਦੋਂ ਤੁਸੀਂ ਥੋੜ੍ਹੇ ਜਿਹੇ ਐਕਸਪੀਰੀਅੰਸ ਹੋ ਜਾਏਗਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਹਾਂ ਵੀ ਕਿੱਦਾਂ ਪਲੇ ਹੋਣੇ ਆ ਨੈਕਸਟ ਅੰਤਰੇ। ਸੋ ਇਸੇ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਤੁਸੀਂ। ਸੋ ਸਟਾਰਟ ਕਰਦੇ ਹਾਂ ਜੀ ਆਪਾਂ ਇਹਦਾ ਫਸਟ ਅੰਤਰਾ। ਕੱਲ ਦਾ ਕੀ ਪਤਾ ਉਹਨੇ ਕੈਰ ਕੀ ਗੁਜ਼ਾਰਨਾ, ਕੱਲ ਦਾ ਕੀ ਪਤਾ ਉਹਨੇ ਕੈਰ ਕੀ ਗੁਜ਼ਾਰਨਾ। ਵਨ ਫਿੰਗਰ ਨਾਲ, ਕੱਲ ਦਾ ਕੀ ਪਤਾ ਉਹਨੇ ਕੈਰ ਕੀ ਗੁਜ਼ਾਰਨਾ, ਕੱਲ ਦਾ ਕੀ ਪਤਾ ਉਹਨੇ ਕੈਰ ਗੁਜ਼ਾਰਨਾ। ਕਦੇ ਹਾਰਨਾ, ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ। ਮਾਠੀ ਕਰਨਾ, ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ, ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ। ਨੈਕਸਟ ਲਾਈਨ, ਲੇਖਾਂ ਦੇ ਸਤਾਇਆਂ ਨੂੰ ਨਹੀਂ ਹੋਰ ਸਤਾਈਦਾ, ਉਹ ਲੇਖਾਂ ਦੇ ਸਤਾਇਆਂ ਨੂੰ ਨਹੀਂ ਹੋਰ ਸਤਾਈਦਾ। ਵਨ ਫਿੰਗਰ ਨਾਲ, ਉਹ ਲੇਖਾਂ ਦੇ ਸਤਾਇਆਂ ਨੂੰ ਨਹੀਂ ਹੋਰ ਸਤਾਈਦਾ। ਦੁਬਾਰਾ ਦੇਖੋ, ਉਹ ਲੇਖਾਂ ਦੇ ਸਤਾਇਆਂ ਨੂੰ ਨਹੀਂ ਹੋਰ ਸਤਾਈਦਾ। ਨੈਕਸਟ ਲਾਈਨ, ਐਂਡਿੰਗ ਲਾਈਨ ਹੈ ਦੀ, ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਅੰਤਰੇ ਦੀ ਐਂਡਿੰਗ ਲਾਈਨ ਹੈ, ਇਹਨੂੰ ਦੋ ਵਾਰੀ ਆਪਾਂ ਬੋਲ ਸਕਦੇ ਹਾਂ, ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਵਨ ਫਿੰਗਰ ਨਾਲ, ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ।
ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ, ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਨੈਕਸਟ ਅੰਤਰ ਹੈ, ਤੁਸੀਂ ਈਜ਼ੀਲੀ ਪਲੇ ਕਰ ਲਓਗੇ, ਕੋਈ ਪ੍ਰੋਬਲਮ ਨਹੀਂ ਆਏਗੀ। ਫਸਟ ਅੰਤਰ ਦੀ ਅੱਛੀ ਤਰ੍ਹਾਂ ਪ੍ਰੈਕਟਿਸ ਕਰਨੀ ਹੈ। ਸੋ ਇੱਦਾਂ ਦੇ ਵਧੀਆ ਵਧੀਆ ਟਿਊਟੋਰੀਅਲਸ ਵੇਖਦੇ ਰਹਿਣ ਲਈ ਔਰ ਉਹਨਾਂ ਤੋਂ ਸਿੱਖਦੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਹੁਣੇ ਹੀ ਕਰ ਲਓ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਨੋਟੀਫਿਕੇਸ਼ਨਸ ਲਈ, ਤਾਂ ਕਿ ਜਦੋਂ ਵੀ ਅਸੀਂ ਅਪਡੇਟ ਕਰਦੇ ਹਾਂ ਤੁਹਾਨੂੰ 1 ਜਾਂ 2 ਮਿੰਟ ਦੇ ਵਿੱਚ ਯੂਟਿਊਬ ਐਪਲੀਕੇਸ਼ਨ ਥਰੂ ਜਾਂ ਈਮੇਲ ਥਰੂ ਜਿਹੜਾ ਨੋਟੀਫਿਕੇਸ਼ਨ ਰਿਸੀਵ ਹੋ ਜਾਏ ਔਰ ਤੁਸੀਂ ਦੇਖ ਕੇ ਉਹਨੂੰ ਪਲੇ ਕਰ ਸਕੋ, ਸਿੱਖ ਸਕੋ। ਸੋ ਉਹਦੇ ਲਈ ਬੈੱਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਦੇਣਾ ਸਬਸਕ੍ਰਾਈਬ ਕਰਨ ਤੋਂ ਬਾਅਦ। ਔਰ ਅਗਰ ਤੁਹਾਨੂੰ ਵੀਡੀਓ ਤੋਂ ਕੁਝ ਅੱਛਾ ਸਿੱਖਣ ਨੂੰ ਮਿਲਿਆ ਹੈ, ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ, ਕਮੈਂਟ ਬੋਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਣਾ ਔਰ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਨਾਲ ਉਹ ਵੀ ਪਲੇ ਕਰਕੇ ਗਾ ਸਕਣ। ਸੋ ਜੀ, ਨੈਕਸਟ ਟਿਊਟੋਰੀਅਲ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਸੋ ਥੈਂਕ ਯੂ ਸੋ ਮਚ।